ਹਰਿਮੰਦਰ ਪਟਨਾ ਸਾਹਿਬ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸਰਦਾਰ ਹਰਵਿੰਦਰ ਸਿੰਘ ਸਰਨਾ ਨੇ ਸਿੰਘ ਸਭਾ ਰਾਜੌਰੀ ਗਾਰਡਨ ਨਵੀਂ ਦਿੱਲੀ ਵਿਖੇ ਹੋਈ ਮਰਿਆਦਾ ਅਤੇ ਸਿਧਾਂਤਾਂ ਦੀ ਉਲੰਘਣਾ ਦਾ ਕੜਾ ਨੋਟਿਸ ਲੈਂਦਿਆਂ ਜਥੇਦਾਰ ਅਕਾਲ ਤਖ਼ਤ ਤੋਂ ਮੰਗ ਕੀਤੀ ਹੈ ਕਿ ਗੁਰਦੁਆਰੇ ਨੂੰ ਨਾਚ ਗਾਣਿਆਂ ਦਾ ਕੇਂਦਰ ਬਣਾਉਣ ਵਾਲੇ ਬਾਦਲ ਦਲ ਦੇ ਆਗੂ ਹਰਮਨਜੀਤ ਸਿੰਘ ਨੂੰ ਬਿਨਾਂ ਕਿਸੇ ਦੇਰੀ ਤੋਂ ਅਕਾਲ ਤਖ਼ਤ ਤੇ ਤਲਬ ਕਰਕੇ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇ। ਗੁਰਦੁਆਰਾ ਸਿੰਘ ਸਭਾ ਰਾਜੌਰੀ ਗਾਰਡਨ ਵਿਖੇ ਜਿੱਥੇ ਹਰਮਨਜੀਤ ਸਿੰਘ ਪ੍ਰਧਾਨ ਹੈ, ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਵਿੱਚ ਬੈਂਡ ਪਾਰਟੀ ਬੈਂਡ ਵਾਜਿਆਂ ਨੂੰ ਲਿਜਾ ਕੇ ਉਹਨਾਂ ਨੇ ਬੈਂਡ ਵਜਾਇਆ, ਜੋ ਸਤਿਗੁਰੂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦਾ ਇਸ ਦੇ ਨਾਲ ਨਿਰਾਦਰ ਹੋਇਆ, ਉਸ ਨੂੰ ਚਿੱਠੀ ਭੇਜ ਕੇ ਉਹਦਾ ਸਪਸ਼ਟੀਕਰਨ ਇੱਥੇ ਬੁਲਾ ਕੇ ਲਿਆ ਜਾਵੇਗਾ। ਜੋ ਪੰਜ ਸਿੰਘ ਸਾਹਿਬਾਨਾਂ ਦਾ ਫੈਸਲਾ ਹੋਵੇਗਾ ਉਹਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਬਹੁਤ ਸਾਰੇ ਫੋਨਾਂ ਤੋਂ ਪਤਾ ਲੱਗਾ ਹੈ ਔਰ ਅਖਬਾਰਾਂ ਵਿੱਚ ਵੀ ਕਾਫੀ ਖਬਰਾਂ ਛਪੀਆਂ ਹਨ। ਜੋ ਫਫੜੇ ਭਾਈਕੇ ਦੇ ਵਿੱਚ ਇੱਕ ਬੱਚੀ ਰਣਜੀਤ ਕੌਰ, ਜਿਸ ਦੇ ਉੱਤੇ ਦਾਲ ਲਿਜਾਣ ਦਾ ਦੋਸ਼ ਲਾ ਕੇ ਪ੍ਰਧਾਨ ਨੇ ਦਾਲ ਵਾਪਸ ਲਈ, ਜਿਸ ਕਰਕੇ ਬੱਚੀ ਨੇ ਸਲਫਾਸ ਖਾ ਕੇ ਆਪਣੀ ਜ਼ਿੰਦਗੀ ਖਤਮ ਕਰਨ ਦਾ ਯਤਨ ਕੀਤਾ। ਸੰਗਤਾਂ ਦੇ ਵਿੱਚ ਇਸ ਗੱਲ ਦਾ ਬਹੁਤ ਭਾਰੀ ਰੋਸ ਹੈ, ਇਸ ਦੀ ਪੂਰਨ ਪੜਤਾਲ ਕਰਵਾਈ ਜਾਵੇਗੀ। ਪੜਤਾਲ ਕਰਵਾ ਕੇ ਜੇਕਰ ਪ੍ਰਧਾਨ ਦੋਸ਼ੀ ਸਾਬਤ ਹੁੰਦਾ ਹੈ ਤੇ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।